ਅਤੇ ਕਿਸ ਤਰੀਕੇ ਨਾਲ ਦੇਖਦੇ ਹੋ, ਲੱਗਦਾ ਵਾ ਕਿ ਕਿਤੇ ਨਾ ਕਿਤੇ ਹੁਣ ਆਹ ਸੀਟ ਆਪਣੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ? ਅੱਜ ਤੁਸੀਂ ਕਵਰ ਕਰੇ ਹੋਣੇ ਆ ਮੇਰਾ ਖਿਆਲ, ਜਦੋਂ ਬਾਕੀ ਪਾਰਟੀਆਂ ਦੇ ਕੈਂਡੀਡੇਟ ਅਤੇ ਅੱਜ ਰਾਜਾ ਵੜਿੰਗ ਲੁਧਿਆਣੇ ਵੜਿਆ, ਫਰਕ ਮਹਿਸੂਸ ਹੁੰਦਾ? ਫਰਕ ਸਵਾਗਤ ਵਿੱਚ ਕੋਈ ਫਰਕ ਮਹਿਸੂਸ ਹੁੰਦਾ? ਸਭ ਤੋਂ ਪਹਿਲਾਂ ਬਿੱਟੂ ਜੀ ਆਏ, ਫਿਰ ਪ੍ਰਾਸ਼ਰ ਸਾਹਿਬ ਆਏ, ਫਿਰ ਰਣਜੀਤ ਹੋਰੀ ਆਏ। ਅੱਜ ਜਦੋਂ ਰਾਜਾ ਵੜਿੰਗ ਹੁਣੀ ਲੁਧਿਆਣੇ ਐਂਟਰ ਕਰ ਰਹੇ ਹੈ, ਕਿਸ ਤਰੀਕੇ ਲੁਧਿਆਣੇ ਦੀ ਜਨਤਾ ਔਰ ਵਰਕਰ ਪੱਬਾਂ ਭਾਰ ਨੇ, ਤੁਸੀਂ ਆਪ ਹੀ ਦੇਖ ਲਓ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਆ। ਅੱਜ ਜਿਸ ਤਰੀਕੇ ਦਾ ਭਰਵਾਂ ਸਵਾਗਤ ਹੋ ਰਿਹਾ ਔਰ ਉਹਨਾਂ ਦਾ ਰੋਡ ਸ਼ੋਅ ਚੱਲ ਰਿਹਾ, ਕੋਈ ਸਾਨੀ ਹੋਈ ਨਹੀਂ, ਕੋਈ ਮੁਕਾਬਲਾ ਹੀ ਨਹੀਂ। ਅੱਛਾ, ਇੱਕ ਚੀਜ਼ ਹੋਰ, ਜਿਸ ਤਰੀਕੇ ਨਾਲ ਇਸ ਵੇਲੇ ਹਜੂਮ ਦੇਖਣ ਨੂੰ ਮਿਲ ਪਾ ਰਿਹਾ ਵਾ, ਪਰ ਦੂਜੇ ਪਾਸੇ ਅੱਜ ਭਗਵੰਤ ਮਾਨ ਜੀ ਨੇ ਹੈਗੇ ਨੇ ਸੀ ਐੱਮ, ਉਹ ਵੀ ਲੁਧਿਆਣੇ ਸ਼ਹਿਰ 'ਚ ਨੇ। ਸੁਖਬੀਰ ਸਿੰਘ ਬਾਦਲ, ਉਹ ਵੀ ਲੁਧਿਆਣੇ ਸ਼ਹਿਰ 'ਚ ਨੇ, ਠੀਕ ਹੈ। ਰਵਨੀਤ ਸਿੰਘ ਬਿੱਟੂ ਖੁਦ ਕੰਪੇਨਿੰਗ 'ਚ ਲੱਗੇ ਹੋਏ ਨੇ। ਚਾਰੋਂ ਕੈਂਡੀਡੇਟ ਅੱਜ ਲੁਧਿਆਣੇ ਸ਼ਹਿਰ ਦੇ 'ਚ ਪੂਰਾ ਫੋਕਸ ਕਰਕੇ ਬੈਠੇ ਨੇ। 2 ਤਰੀਕ ਦਾ ਦਿਨ ਜਿਹੜਾ ਵਾ ਅੱਜ ਕਿਤੇ ਨਾ ਕਿਤੇ ਮਤਲਬ ਕਿ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਦਾ ਆਲਮ ਦੇਣ ਵਾਲਾ ਹੋ ਗਿਆ ਵਾ, ਜਾਂ ਫਿਰ ਲੋਕਾਂ ਵਿੱਚ ਆਪਣਾ ਪ੍ਰਚਾਰ ਕਰਨ ਦਾ ਆਲਮ ਹੋ ਗਿਆ? ਲੋਕ ਚਾਹੁੰਦੇ ਕਿਹਨੂੰ ਨੇ? ਉੱਥੇ ਐਡੇ ਵੱਡੇ ਵੱਡੇ ਲੀਡਰ ਆਏ ਦੇ ਨੇ, ਇੱਥੇ ਵਰਕਰਾਂ ਦਾ ਚਾਹ ਮੁੱਕਣ 'ਤੇ ਹੀ ਨਹੀਂ ਆਉਂਦਾ। ਇਸ ਤਰੀਕੇ ਲਾਮਬੰਦੀ ਹੋਈ ਹੋਈ ਆ ਵਰਕਰਾਂ ਦੀ, ਬਗੈਰ ਕਹੇ ਬਗੈਰ ਸੁਨੇਹ ਚੌਂਕਾਂ 'ਚ ਖੜ੍ਹੇ ਆ। ਜਿੱਥੇ ਉਹਨੇ 10 ਵਜੇ ਪਹੁੰਚਣਾ ਸੀ, ਉੱਥੇ 12 ਵਜੇ ਪਹੁੰਚਦਾ ਪਿਆ। 2-2 ਘੰਟੇ ਲੇਟ ਚੱਲਦਾ ਪਿਆ ਪ੍ਰੋਗਰਾਮ, ਕਿਉਂਕਿ ਲੋਕਾਂ 'ਚ ਉਤਸ਼ਾਹ ਬੜਾ ਅਤੇ ਸਾਡਾ ਪ੍ਰਧਾਨ ਸਾਹਿਬ ਨੂੰ ਮਿਲਦਾ ਆ ਰਿਹਾ। ਮੇਰਾ ਖਿਆਲ ਜਦੋਂ ਸ਼ੁਰੂਆਤ ਅੱਛੀ ਹੋਵੇ ਨਾ, ਅਤੇ ਅੰਗਰੇਜ਼ੀ ਦੀ ਕਹਾਵਤ ਹੈ ਵੈਲ ਬਿਗਨ ਇਜ਼ ਹਾਫ ਡਨ, ਸਾਡੀ ਅੱਧੀ ਲੜਾਈ ਤਾਂ ਅੱਜ ਹੀ ਜਿੱਤੀ ਜਾਣੀ। ਅਸੀਂ ਲੋਕਾਂ ਨਾਲ ਅਸੀਂ ਗੱਲ ਕੀਤੀ, ਲੋਕਾਂ ਨੇ ਕਿਤੇ ਨਾ ਕਿਤੇ ਰਾਜਾ ਵੜਿੰਗ ਨੂੰ ਇੱਕ ਨਵਾਂ ਨਾਮ ਦਿੰਦੇ ਹੋਏ ਅਸੀਂ ਸੁਣਿਆ ਵਾ ਕਿ ਇੱਕ ਬਾਹੂਬਲੀ ਫਿਲਮ ਆਈ ਸੀ ਅਤੇ ਉਹਦੇ 'ਚ ਅਮਰਿੰਦਰ ਸਿੰਘ ਸੀਗਾ ਬਾਹੂਬਲੀ, ਅਤੇ ਉਹਨਾਂ ਨੇ ਬਾਹੂਬਲੀ ਅਮਰਿੰਦਰ ਸਿੰਘ ਬਾਹੂਬਲੀ ਦਾ ਨਾਮ ਉਹਨਾਂ ਨੂੰ ਦਿੱਤਾ ਵਾ। ਲੱਗਦਾ ਵਾ ਕਿ ਵਾਕਈ ਬਾਹੂਬਲੀ ਹੈਗੇ ਨੇ ਔਰ ਪੂਰੇ ਪੰਜਾਬ ਜਾਂ ਪੂਰੇ ਲੁਧਿਆਣੇ ਸ਼ਹਿਰ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ? ਯਾਰ, ਮੈਨੂੰ ਆਹ ਨਾਵਾਂ ਦਾ ਨਾ ਪਤਾ ਨਹੀਂ, ਨਾ ਮੈਨੂੰ ਫਿਲਮਾਂ ਦਾ ਪਤਾ ਹੈ, ਪਰ ਮੈਨੂੰ ਅਸਲੀਅਤ ਪਤਾ ਹੈ ਵੀ ਇੱਥੇ ਸਾਰੇ ਬੰਦੇ ਐਕਸਪੋਜ਼ਡ ਨੇ ਜਿਹੜੇ ਬਾਕੀ ਖੜ੍ਹੇ ਆ, ਅਤੇ ਲੋਕ ਚਾਹੁੰਦੇ ਹੈ ਬਈ ਉਹਨਾਂ ਨੇ ਜਿਹੜਾ ਤਜਰਬਾ 2 ਸਾਲ ਪਹਿਲਾਂ ਕਰਿਆ ਸੀ ਉਹ ਵੀ ਵੇਖ ਲਿਆ, ਅਤੇ ਜਿਹੜੇ 10 ਸਾਲ ਇੱਥੇ MP ਸਾਹਿਬ ਰਹੇ ਹੈ ਜਿਹੜੇ ਬਦਲ ਗਏ ਉਹਨਾਂ ਨੂੰ ਵੀ ਵੇਖ ਲਿਆ। ਅਕਾਲੀ ਦਲ ਦਾ ਆਧਾਰ ਅੱਗੇ ਨਾਲੋਂ ਸ਼੍ਰਿੰਕ ਹੁੰਦਾ ਜਾ ਰਿਹਾ, ਅਤੇ ਹੁਣ ਦੁਬਾਰਾ ਸਾਰੇ ਲੋਕਾਂ ਦੀ ਨਿਗਾਹ ਕਾਂਗਰਸ ਅਤੇ ਕਾਂਗਰਸ ਦੇ ਕੈਂਡੀਡੇਟ 'ਤੇ ਹੈ। ਸੀਟ ਜਿਹੜੀ ਬੜੀ ਅਹਿਮ ਰੱਖਦੀ ਸੀ ਜਦੋਂ ਬਿੱਟੂ ਹੁਣੀ ਇੱਥੋਂ ਛੱਡ ਕੇ ਚਲੇ ਗਏ, ਅਤੇ ਕਾਂਗਰਸ ਪਾਰਟੀ ਨੇ ਸਭ ਤੋਂ ਸਟਰੋਂਗੈਸਟ ਕੈਂਡੀਡੇਟ ਇੱਥੇ ਭੇਜਿਆ ਰਾਜਾ ਵੜਿੰਗ, ਅਤੇ ਲੋਕ ਪਿਛਲੇ 4-5 ਦਿਨ ਦੀ ਜਦੋਂ ਦੀ ਅਨਾਊਂਸ ਹੋਈ ਸੀ ਟਿਕਟ ਇੰਤਜ਼ਾਰ ਕਰ ਰਹੇ ਸੀ, ਅੱਜ ਇੰਤਜ਼ਾਰ ਖਤਮ। ਵੜਿੰਗ ਸਾਹਿਬ ਆਪਣੀ ਕੰਪੇਨ ਸ਼ੁਰੂ ਕਰ ਰਹੇ ਹੈ, ਅੱਜ ਤੋਂ ਲੁਧਿਆਣੇ ਜਾ ਚੁੱਕੇ ਨੇ, ਅਤੇ ਉਹਦੇ ਮਗਰ ਕਿਸ ਤਰੀਕੇ ਲੋਕਾਂ ਦਾ ਹਜ਼ੂਮ ਹੈ ਉਹ ਤੁਸੀਂ ਆਪਣੀ ਜ਼ਬਾਨੀ ਲੋਕਾਂ ਨੂੰ ਜ਼ਿਆਦਾ ਦੱਸ ਸਕਦੇ ਹੋ। ਸਰ, ਕਹਿ ਸਕਦੇ ਹੋ ਕਿ ਅੰਮ੍ਰਿਤਸਰ ਸਿਕਸਰ ਮਾਰਿਆ ਵਾ, ਪੂਰੇ ਲੁਧਿਆਣੇ ਸ਼ਹਿਰ ਦੇ ਹੁੰਦੇ ਹੁੰਦੇ ਜਗਰਾਓਂ ਤੱਕ ਦੀ ਕੰਪੇਨ ਇੱਕੋ ਦਿਨ 'ਚ? ਦੇਖੋ, ਸਿਕਸਰ ਤੋਂ ਵੀ ਵੱਡਾ ਆ। ਬਿਲਕੁਲ, ਇਹ ਸੀਗੇ ਸਾਡੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ ਸਾਫ਼ ਤੌਰ 'ਤੇ ਕਿਹਾ ਵਾ ਕਿ ਇੱਕ ਦਿਨ ਦੇ ਵਿੱਚ ਐਡੀ ਵੱਡੀ ਕੰਪੇਨਿੰਗ ਸਿਰਫ ਰਾਜਾ ਵੜਿੰਗ ਹੀ ਕਰ ਸਕਦੇ ਨੇ, ਔਰ ਆਉਂਦੇ ਸਾਰ ਉਹਨਾਂ ਨੇ ਇਹ ਕੰਪੇਨਿੰਗ ਤੋਂ ਇੱਕ ਸਿਕਸਰ ਮਾਰਦੇ ਹੋਏ ਨਜ਼ਰ ਆਏ ਨੇ, ਜਿੱਥੋਂ ਇਹ ਚੀਜ਼ ਤਾਂ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਤੇ ਨਾ ਕਿਤੇ ਲੁਧਿਆਣਾ ਸੀਟ ਦੇ ਵਿੱਚ ਇੱਕ ਵੱਡੇ ਦਾਅਵੇਦਾਰ ਦੇ ਤੌਰ ਦੇ ਉੱਤੇ ਜਿਹੜੇ ਉੱਭਰ ਕੇ ਸਾਹਮਣੇ ਆਏ ਨੇ, ਔਰ ਇਸ ਸੀਟ ਦੇ ਉੱਤੇ ਕਬਜ਼ਾ ਵੀ ਰਾਜਾ ਵੜਿੰਗ ਹੀ ਕਰਦੇ ਹੋਏ ਨਜ਼ਰ ਆਉਣਗੇ। ਦੇਖਣਾ ਇਹ ਹੋਵੇਗਾ ਕਿ ਹੁਣ ਲੋਕ ਕਿਹਨੂੰ ਵੋਟ ਪਾਉਂਦੇ ਨੇ। ਜਦੋਂ ਰੋਹਿਤ ਗੋਲ, ਨਿਊਜ਼ 18।